ਮਲੇਟਾ ਲਾਗੇ ਪਿੰਡ ਅਕਪੁਰ ਖਡਾਲ ਵਿਖੇ ਸਰਕਾਰ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਹਰੇਕ ਪਿੰਡ ਵਿਚ ਨਹਿਰੀ ਪਾਣੀ ਨਾਲ ਸਿੰਚਾਈ ਕੀਤੇ ਰਕਬੇ ਦੀ ਬੁਕਿੰਗ ਕਰਕੇ ਗੁਰਦੌਰੀ ਕੀਤੀ ਗਈ। ਇਸ ਸੰਬੰਧੀ ਪਹੁੰਚੇ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਿੰਚਾਈ ਨਾਲ ਰਕਬੇ ਦੀ ਗੁਰਦੌਰੀ ਦਾ ਅੱਗ ਲਗਾਉਣ ਅਤੇ ਕਰਜ਼ੇ ਨਾਲ ਕੋਈ ਸੰਬੰਧ ਨਹੀਂ ਹੈ। ਪਿੰਡ ਖਡਾਲ ਵਿਖੇ ਪਹੁੰਚੀ ਟੀਮ ਨੂੰ ਕਿਸਾਨ ਯੂਨੀਅਨ ਨੇ ਘਿਰਾਓ ਕਰਨ ਦਾ ਸੋਚਿਆ ਕਿ ਕਿਤੇ ਖੇਤਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਸੰਬੰਧ ਵਿਚ ਬੁਕਿੰਗ ਕਰਨ ਲਈ ਆਏ ਹਨ। ਨਹਿਰੀ ਮਹਿਕਮੇ ਦੇ ਜ਼ਿਲ੍ਹਾ ਤਹਿਸੀਲਦਾਰ ਜ਼ਿਲ੍ਹਾ ਨੇ ਆਪਾਂ ਸਾਨੂੰ ਸ਼ੱਕ ਇਹ ਪੈ ਗਈ ਕਿ ਜਿਹੜੇ ਫਾਨੇ ਦੀ ਮਾਰ ਕਿਸਾਨਾਂ ਨੇ ਜੀਰੀ ਨੂੰ ਅੱਗ ਲਾਈ ਆਪਾਂ ਨੇ ਫੂਕੇ ਨੇ ਕਿ ਉਹਨਾਂ ਦੀ ਮਾਰ ਨਾਲ ਲਿਖਣਾ ਹੈ। ਇੱਥੇ ਨਹਿਰੀ ਪਾਣੀ ਦੀ ਬੁਕਿੰਗ ਕਰਨ ਵਾਸਤੇ ਆਇਆ ਸੀਗਾ, ਠੀਕ ਹੈ ਜੀ। ਆਪਣੇ ਪਿੰਡ ਦੇ ਕੁਛ ਸਾਥੀਆਂ ਵੱਲੋਂ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ। ਉਹ ਸਿਰਫ ਇਹਨਾਂ ਦੇ ਮਾਇੰਡ 'ਚ ਇਹ ਡਾਊਟ ਸੀਗਾ ਵੀ ਇਹ ਕਿੱਥੇ ਆਪਣਾ ਅੱਗ ਦੀ ਬੁਕਿੰਗ ਨਾ ਕਰਦੇ ਹੁਣ, ਠੀਕ ਹੈ ਵੀ, ਜਿਸ ਕਾਰਨ ਇਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀਗਾ, ਠੀਕ ਹੈ। ਫਿਰ ਅਸੀਂ ਇਹਨਾਂ ਨੇ ਸਾਨੂੰ ਮਤਲਬ ਪਟਵਾਰੀ ਵੱਲੋਂ ਸਾਨੂੰ ਰਿਪੋਰਟ ਆਈ, ਫਿਰ ਅਸੀਂ ਇਹਨਾਂ ਨੂੰ ਸਮਝਾਇਆ ਵੀ ਭਾਈ ਅਸੀਂ ਤਾਂ ਸਿਰਫ ਨਹਿਰੀ ਪਾਣੀ ਦੀ ਬੁਕਿੰਗ ਕਰ ਰਹੇ ਹਾਂ ਵੀ ਜਿਹੜਾ ਨਹਿਰੀ ਪਾਣੀ ਮਤਲਬ ਕਿ ਤੁਹਾਡੇ ਤੁਸੀਂ ਲਾਇਆ ਹੈਗਾ ਸਿੰਚਾਈ ਕੀਤੀ ਹੈ ਰਕਬੇ ਦੀ, ਸਿਰਫ ਉਹ ਬੁੱਕ ਕਰ ਰਹੇ ਹਾਂ, ਅਦਰਵਾਈਜ਼ ਅੱਗ ਵਾਲਾ ਕੋਈ ਸਾਡਾ ਇਹਨਾਂ ਦੀ ਬੁਕਿੰਗ ਦੇ ਵਿੱਚ ਕੋਈ ਸੰਬੰਧ ਨਹੀਂ।